ਸੁਨੀਲ ਜਾਖੜ ਨੇ ਲੈਟਰ ਲਿਖਿਆ ਪ੍ਰਾਈਮ ਮਿਨਿਸਟਰ ਨੂੰ, ਉਹਨੇ ਕਿਹਾ ਜੀ ਮੇਰੀਆਂ ਦੋ ਇੱਛਾਵਾਂ ਨੇ, ਕਹਿੰਦੇ ਤੁਸੀਂ ਵੀ ਇਹ ਐਕਸਪ੍ਰੈਸ ਕੀਤਾ ਸੀ ਜਦੋਂ ਤੁਸੀਂ ਆਏ ਸੀ ਕਿ ਵੀ ਇਹ ਜਿਹੜੀ ਹੈ ਉਹਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ 'ਤੇ ਹੋਏ, ਇਹਨੂੰ ਪਲੀਜ਼ ਇਵੇਂ ਕਰ ਦਿਓ, ਇਹਦਾ ਨਾਂ ਆਦਮਪੁਰ ਏਅਰਪੋਰਟ 'ਤੇ ਰੱਖ ਦਿਓ। ਉਹ ਕਹਿੰਦਾ ਕਿ ਜੀ ਜਿਹੜਾ ਤੁਸੀਂ ਗੁਰੂ ਰਵਿਦਾਸ ਟੈਂਪਲ ਤੁਗਲਕਾਬਾਦ ਦਿੱਲੀ ਦੇ ਵਿੱਚ ਰੀਬਿਲਟ ਕਰ ਰਹੇ ਹੋ, ਇਹਦੇ 'ਚ ਬਹੁਤ ਵਰਥਵਾਇਲ ਹੋਏਗਾ ਕਿ ਉੱਥੇ ਤੁਸੀਂ ਉਹਦੇ ਨੇੜੇ ਇੱਕ ਬਹੁਤ ਵਧੀਆ ਬਾਗ ਵੀ ਲਾ ਦਿਓ। ਕਾਂਸ਼ੀ ਰਾਮ ਦਾ ਤਾਂ ਇੱਕੋ ਹੀ ਵਨ ਲਾਈਨਰ ਡਾਇਗਨੋਸਿਸ ਸੀ ਬਿਮਾਰੀ ਦਾ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ੍ਹ, ਅਤੇ ਜੇ ਬ੍ਰਾਹਮਣਵਾਦ ਪੁਆੜੇ ਦੀ ਜੜ੍ਹ ਹੈ ਤਾਂ ਫਿਰ ਇਹ ਜਿਹੜਾ ਮਨੂ ਸਮ੍ਰਿਤੀ ਵਾਲੇ ਕਿਹੜਾ ਇਨਸਾਫ ਦੇਣਗੇ। ਸੋ ਅਸੀਂ ਖਬਰਦਾਰ ਹੀ ਕਰਨਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜੀ ਹੈ ਬੜੀ ਖਤਰਨਾਕ ਲਾਈਨ ਧਰੁਵੀਕਰਨ ਦੀ ਪੰਜਾਬ ਦੇ ਅੰਦਰ ਖੜੀ ਕਰ ਰਹੇ ਨੇ। ਇਹੀ ਸੁਨੀਲ ਜਾਖੜ ਦੋ ਦਿਨ ਪਹਿਲਾਂ ਜਦੋਂ ਪਿਛਲੇ ਹਫ਼ਤੇ ਉਹਦਾ ਇਸ਼ੂ ਕੰਗਣਾ ਰਣੌਤ ਵਾਲਾ ਆਉਂਦਾ ਅਤੇ ਖੁੱਲ੍ਹ ਕੇ ਉਹਦੇ ਨਾਲ ਖਲੋਂਦਾ, ਉਹਨੂੰ ਕਹਿੰਦਾ ਜੀ ਨਹੀਂ ਨਹੀਂ ਇਹ ਬਿਲਕੁਲ ਇਹ ਕਾਨੂੰਨ ਨੂੰ ਹੱਥ 'ਚ ਲੈਣਾ ਠੀਕ ਨਹੀਂ ਹੈ, ਫਲਾਣਾ ਨਹੀਂ ਹੈ, ਢਮਕਾ ਨਹੀਂ ਹੈ। ਹੁਣ ਉਹਨਾਂ ਨੂੰ ਦਲਿਤਾਂ ਦਾ ਦਰਦ ਆਇਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਿਆ ਜਾਵੇ। ਹਕੀਕਤ ਵਿੱਚ BJP ਜਾਤ ਪਾਤ ਵਾਲੀ ਮਨੂ ਸਮ੍ਰਿਤੀ ਨੂੰ ਭਾਰਤ ਦਾ ਸੰਵਿਧਾਨ ਬਣਾਉਣਾ ਚਾਹੁੰਦੀ ਹੈ, ਪਰ ਪੰਜਾਬ ਵਿੱਚ ਦਲਿਤ ਵੋਟ ਬੈਂਕ ਨੂੰ ਆਪਣੇ ਨਾਲ ਲਾਉਣ ਲਈ ਉਹ ਧਰੁਵੀਕਰਨ ਦੀ ਨੀਤੀ 'ਤੇ ਅਮਲ ਕਰ ਰਹੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਆਉਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੀਆਂ ਚੋਣਾਂ ਦੇ ਓਵਰਆਲ ਨਤੀਜਿਆਂ ਨੂੰ ਲੈ ਕੇ ਔਰ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਚੋਣ ਨਤੀਜਿਆਂ ਨੂੰ ਲੈ ਕੇ ਉਹਦੇ ਅੱਡ ਅੱਡ ਆਸਪੈਕਟਸ ਦੇ ਉੱਤੇ ਜਿਹੜੇ ਸੋ ਕਾਲਡ ਅਖੌਤੀ ਐਕਸਪਰਟ ਨੇ ਉਹ ਆਪੋ ਆਪਣੇ ਵਿਊ ਦੇ ਰਹੇ ਨੇ। ਇੱਕ ਪਾਸੇ ਇਹ ਸੋਚ ਹੈ ਕਿ ਦੇਖੋ, ਪੰਜਾਬ ਦੇ ਲੋਕਾਂ ਨੇ ਸਪਲਿਟ ਵਰਡਿਕਟ ਦਿੱਤਾ, ਕਾਂਗਰਸ ਨੂੰ ਇੰਨੀਆਂ ਸੀਟਾਂ ਮਿਲ ਗਈਆਂ, ਇਹਦਾ ਮਤਲਬ ਹੈ ਵੀ ਇਹ ਘੱਲੂਘਾਰਾ ਕਰਵਾਉਣ ਵਾਲੀ ਕਾਂਗਰਸ ਨੂੰ ਅੱਜ ਵੀ ਪੰਜਾਬ ਦੇ ਸਿੱਖ ਜਿਹੜੇ ਨੇ ਉਹ ਸਪੋਰਟ ਕਰਦੇ ਨੇ। ਪਰ ਸਪਲਿਟ ਇਸ ਲਈ ਉਹ ਕਹਿੰਦੇ ਨੇ, ਪਰ ਦੋ ਸੀਟਾਂ ਉਹਨਾਂ ਨੇ ਫਰੀਦਕੋਟ ਔਰ ਖਡੂਰ ਸਾਹਿਬ ਉਹਨਾਂ ਨੂੰ ਦਿੱਤੀਆਂ ਜਿਹੜੀਆਂ ਬਿਲਕੁਲ ਦਿੱਲੀ ਦੇ ਨਾਲ ਟਕਰਾਅ ਦੀ ਲਾਈਨ ਰੱਖਣ ਵਾਲੀ ਸੋਚ ਦੇ ਹਾਮੀ ਨੇ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਸਰਬਜੀਤ ਸਿੰਘ ਜਿਹੜੇ ਨੇ ਉਹ ਤਾਂ ਅੱਜ ਵੀ ਇਹੀ ਕਹਿੰਦੇ ਨੇ ਜੀ ਅਸੀਂ ਤਾਂ ਕੋਈ ਅੰਦਰ ਥੋੜ੍ਹੀ ਜਾਣਾ, FIR ਵਾਲੀ ਨਹੀਂ, ਅਸੀਂ ਕੋਈ ਕੰਮ ਕਰਨਾ, ਅਸੀਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਨੀ, ਜੇ ਵੋ। ਲੇਕਿਨ ਕਿਉਂਕਿ ਉਹ ਰਿਪ੍ਰਜੈਂਟ ਤਾਂ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਹੋਣ ਦੇ ਨਾਤੇ ਲੋਕਾਂ ਨੇ ਹਮਾਇਤ ਕੀਤੀ ਹੈ। ਸੋ ਇੱਕ ਪਾਸੇ ਤਾਂ ਇਹ ਥਾਟ ਹੈ, ਸੈਕੰਡਲੀ ਇੱਕ ਪਾਸੇ ਇਹ ਵੀ ਜੁਬੀਲੇਸ਼ਨ ਹੈ ਕਿ BJP ਪੰਜਾਬ 'ਚੋਂ ਕੋਈ ਸੀਟ ਨਹੀਂ ਕੱਢ ਸਕੀ, ਸੋ ਪੰਜਾਬ ਨੇ ਉਹਦਾ ਰੱਥ ਨੂੰ ਰੋਕਿਆ। ਪਰ ਤੁਸੀਂ ਦੂਸਰੇ ਖੈਮੇ ਵਾਲਿਆਂ ਦਾ ਹਾਲ ਦੇਖੋ ਕਿ ਵੀ ਉਹਨਾਂ ਨੂੰ ਇਹ ਲੱਗਦਾ ਕਿ ਵੀ BJP ਦੀ ਵੋਟ ਪਰਸੈਂਟੇਜ ਤਾਂ ਅਸੀਂ 7-8% ਤੋਂ 18 ਤੱਕ ਲੈ ਆਏ ਹਾਂ, ਔਰ ਉਹ ਕਹਿੰਦੇ ਨੇ ਜੀ ਸਾਡਾ ਤਾਂ ਨਿਸ਼ਾਨਾ ਹੀ 20-23 ਹੈ, ਔਰ ਅਸੀਂ ਜਿਹੜਾ ਨੈਕਸਟ ਜਿਹੜੀਆਂ 2 ਸਾਲ ਬਾਅਦ 20-27 ਵੀ ਉਦੋਂ BJP ਦੀ ਸਰਕਾਰ ਬਣੇਗੀ, ਔਰ ਆਲਰੇਡੀ ਅਸੀਂ ਆਪਣਾ ਵੋਟ ਬੈਂਕ ਵਧਾ ਲਿਆ, ਔਰ ਈਵਨ ਬਾਦਲ ਅਕਾਲੀ ਦਲ 12-13% ਤੋਂ ਦੇ ਨੇੜੇ ਤੇੜੇ ਪਹੁੰਚ ਗਿਆ। ਇੱਕ ਇਹ ਪਾਰਟ, ਫਿਰ ਇਹ ਵੀ ਚਰਚਾ 'ਚ ਹੈ ਕਿ ਭਾਈ ਦੇਖੋ ਸਰਕਾਰ ਨੇ ਕਿਵੇਂ
ਉਸ ਬੁੱਚੜ ਬੇਅੰਤੇ ਦੇ ਪੋਤੇ ਨੂੰ ਜਿਹਨੇ ਲੋਕਾਂ ਨੇ ਹਰਾਇਆ ਲੁਧਿਆਣੇ ਵਾਲਿਆਂ ਨੇ, ਉਹਨਾਂ ਨੇ ਉਹਨਾਂ ਦਾ ਮਜ਼ਾਕ ਉਡਾਉਂਦਿਆਂ ਉਹਨੂੰ ਜਿਹੜਾ ਉਹ ਮਿਨਿਸਟਰ ਬਣਾ ਦਿੱਤਾ। ਸੋ ਇਹ ਬੁੱਚੜ ਬੇਅੰਤੇ ਵਾਲਾ ਰੋਲ ਇਸ ਤੋਂ ਲੈਣ ਦੇ ਲਈ ਆਲਰੇਡੀ ਉਹਦੀ ਗਰੂਮਿੰਗ ਕੀਤੀ ਜਾ ਰਹੀ। ਅਸੀਂ ਵੀ ਇਸ ਲਾਈਨ ਦੇ ਉੱਤੇ ਗੱਲ ਕੀਤੀ। ਸੁਨੀਲ ਜਾਖੜ ਜਿਹੜਾ ਇੱਕੋ ਵੇਲੇ ਪੰਜਾਬ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਸੀ ਔਰ ਐਮ ਪੀ ਦੀ ਟਿਕਟ ਵੀ, ਉਹ ਐਮ ਪੀ ਦੀ ਸੀਟ 'ਤੇ ਲੜਿਆ ਵੀ ਗੁਰਦਾਸਪੁਰ 'ਚ ਕੈਪਟਨ ਅਮਰਿੰਦਰ ਦੇ ਵੇਲੇ, ਇਹਦਾ ਪਿਓ ਬਲਰਾਮ ਜਾਖੜ ਇੰਦਰਾ ਗਾਂਧੀ ਦਾ ਬੜਾ ਕੌਨਫੀਡੈਂਟ ਔਰ ਜਿਹੜਾ ਸਪੀਕਰ ਪਾਰਲੀਮੈਂਟ ਵੀ ਰਿਹਾ। ਔਰ ਬਹੁਤਿਆਂ ਨੂੰ ਮੈਂ ਯਾਦ ਦਹਾਨੀ ਕਰਵਾ ਦਿਆਂ ਕਿ ਕਈ ਵਾਰ ਸੁਨੀਲ ਜਾਖੜ ਜਦੋਂ ਬਹੁਤ ਚੇਸਟ ਪੰਜਾਬੀ ਬੋਲਦਾ ਜਾਂ ਕਿਸਾਨਾਂ ਦੇ ਮੁੱਦੇ 'ਤੇ ਜਾਂ ਦੂਜੇ ਬੜਾ ਵੋਕਲ ਸੀ ਅਤੇ ਕਈਆਂ ਨੂੰ ਲੱਗਦਾ ਸੀ ਕਿ ਵੀ ਨਹੀਂ ਨਹੀਂ ਇਹ ਜਿਹੜਾ ਇਹ ਉਹ ਪੰਜਾਬੀ ਹਿੰਦੂ ਬਣ ਗਿਆ ਜਿਹੜੇ ਪੰਜਾਬ ਦਾ ਹਿੱਤ ਚਾਹੁੰਦੇ ਨੇ, ਲੇਕਿਨ ਮੈਂ ਕਿਹਾ ਵੀ ਇਹ ਉਸ ਪਿਓ ਦਾ ਪੁੱਤਰ ਹੈ ਬਲਰਾਮ ਜਾਖੜ ਦਾ ਜਿਹੜਾ ਮਿਨਿਸਟਰ ਸੀ ਔਰ ਜਿਹਨੇ ਇਹ ਕਿਹਾ ਸੀ ਕਿ ਅਗਰ ਦੇਸ਼ ਕੀ ਏਕਤਾ ਅਖੰਡਤਾ ਕੇ ਲੀਏ 2 ਕਰੋੜ ਸਿੱਖੋਂ ਕੋ ਵੀ ਮਾਰਨਾ ਪੜਾ ਤੋ ਹਮ ਹਿਚਕਿਚਾਏਂਗੇ ਨਹੀਂ। ਸੋ ਮੈਂ ਕਿਹਾ ਵੀ ਇਹ ਤੁਸੀਂ ਅੰਦਾਜ਼ਾ ਲਾ ਲਓ ਜਦੋਂ ਇਸ ਕਿਸਮ ਦੀ ਸੋਚ ਹੈ। ਔਰ ਹੁਣ ਅਲਟੀਮੇਟਲੀ ਹਰ ਇੱਕ ਨੂੰ ਐਂਬੀਸ਼ਨ ਕਈ ਵਾਰੀ ਤੁਸੀਂ ਪੁੱਟ ਔਨ ਕੀਤਾ ਹੁੰਦਾ। ਜਦੋਂ ਅਮਰਿੰਦਰ ਦਾ ਅਸਤੀਫਾ ਲਿਆ ਉਹਨੂੰ ਕੱਢਿਆ, ਵੋਟਾਂ ਪੈ ਰਹੀਆਂ ਸੀ ਔਰ ਇਹਦਾ ਨਾਂ ਵੀ ਉੱਭਰ ਰਿਹਾ ਸੀ ਅਤੇ ਅੰਬਿਕਾ ਸੋਨੀ ਜਿਹੜੀ ਕਿਸੇ ਵੇਲੇ ਸੰਜੇ ਗਾਂਧੀ ਦੀ ਦੋਸਤ ਕੁੜੀ ਸੀ, ਬਾਅਦ 'ਚ ਬੜਾ ਹਾਇਰ ਲੈਵਲ ਉਹਨੂੰ ਹੋਇਆ, ਉਹ ਵੀ ਐਜ਼ ਏ ਓਬਜ਼ਰਵਰ ਆਈ ਹੋਈ ਸੀ। ਉਹਨੇ ਕਿਹਾ ਕਿ ਵੀ ਦੇਖੋ ਇਹਦਾ ਵੀ ਨਾਂ ਆਇਆ ਸੁਨੀਲ ਜਾਖੜ ਦਾ, ਉਹਨੇ ਕਿਹਾ ਵੀ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਪੰਜਾਬ ਦੇ ਲੋਕ ਸਿੱਖ ਹੀ ਦੇਖਣਾ ਚਾਹੁੰਦੇ ਨੇ ਕਿਉਂਕਿ, ਔਰ ਇਹ ਸਾਰੀ ਗੱਲ ਗਲਤ ਨਹੀਂ ਸੀ, ਹਾਲਾਂ ਜਿਹੜੇ ਸਿੱਖ ਵੀ ਬਣ ਗਏ ਉਹਨਾਂ ਨੇ ਕਿਹੜਾ ਕੁਛ ਕਰ ਦਿੱਤਾ। ਹੁਣ ਇਸ ਗੱਲ ਦੇ ਉੱਤੇ ਇਹਨੇ ਸੁਨੀਲ ਜਾਖੜ ਨੂੰ ਵੀ ਇਹ ਗੱਲ ਦੀ ਸਮਝ ਆ ਗਈ ਕਿ ਵੀ ਇਹ ਤਾਂ ਮੇਰਾ ਕੋਈ ਚਾਂ, ਔਰ ਉਹਨੇ ਆਪਣੇ ਵੱਲੋਂ ਇਹ ਦੇਖਦੇ ਹਾਂ ਵੀ ਦੂਜੇ ਪਾਸੇ ਮੇਰਾ ਦਾਅ ਲੱਗ ਜਾਏ ਅਤੇ ਇਹਨੇ ਬੀਜੇਪੀ ਜੁਆਇਨ, ਸਭ ਭੁੱਲ ਗਏ ਕਿ ਵੀ ਪਿਓ ਦੀ ਕੀਤਾ ਕਾਂਗਰਸ ਔਰ ਸੁਨੀਲ ਜਾਖੜ ਦੀ ਤੁਸੀਂ ਬੀਜੇਪੀ ਦੇ ਕ੍ਰਿਟੀਸਿਜ਼ਮ ਦੀਆਂ ਦੇਖੋ ਸਟੇਟਮੈਂਟਸ ਐਜ਼ ਏ ਕਾਂਗਰਸ ਪ੍ਰੈਜ਼ੀਡੈਂਟ ਹੁੰਦੇ ਹਾਂ ਅਤੇ ਟੋਟਲੀ ਡਿਫਰੈਂਟ ਲਾਈਨਸ। ਹੁਣ ਕਿਉਂਕਿ ਜਦੋਂ ਤੁਸੀਂ ਇੱਕ ਰੋਲ 'ਚ ਆ ਗਏ, ਹਾਲਾਂ ਇਹ ਜੋ ਮਰਜ਼ੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੇ, ਜੇ ਇਹਨੂੰ ਇੰਨਾ ਹੀ ਜਿਹੜਾ ਉਹ ਬੀਜੇਪੀ ਵਾਲੇ ਚਾਹੁੰਦੇ ਤਾਂ ਇਹਨੂੰ ਮਿਨਿਸਟਰ ਬਣਾ ਲੈਂਦੇ ਹੋਰ, ਹਾਲਾਂ ਉਹੀ ਚਰਨਜੀਤ ਚੰਨੀ ਜਿਹੜਾ ਕਾਂਗਰਸ ਦਾ ਬਣਿਆ ਚੀਫ ਮਿਨਿਸਟਰ। ਹੁਣ ਜਿਹੜਾ ਦਲਿਤ ਕਾਰਡ ਬੀਜੇਪੀ ਖੇਡ ਰਹੀ ਹੈ, ਚਾਹੀਦਾ ਤਾਂ ਇਹ ਸੀ ਕਿ ਇਹ ਐਪਰੀਸ਼ੀਏਟ ਕਰਦੇ ਚਰਨਜੀਤ ਚੰਨੀ, ਹੁਣ ਜਿੱਤ ਵੀ ਗਿਆ ਐਮ ਪੀ ਵੱਡੇ ਫਰਕ ਨਾਲ ਉੱਥੋਂ ਜਲੰਧਰ 'ਚੋਂ, ਹੁਣ ਇਹ ਪਹਿਲਾ ਚਿਹਰਾ ਸੀ ਚਰਨਜੀਤ ਸਿੰਘ ਚੰਨੀ ਦਾ ਦਲਿਤ ਚਿਹਰਾ, ਔਰ ਦਲਿਤ ਪਾਪੂਲੇਸ਼ਨ ਪੰਜਾਬ 'ਚ ਲਗਭਗ 34% ਹੈ, ਹਰ ਤੀਸਰਾ ਬੰਦਾ ਦਲਿਤ ਹੈ, ਦੁਆਬੇ ਦੇ ਵਿੱਚ ਉਹਨਾਂ ਦਾ ਵੱਡੀ ਹੀ ਆਬਾਦੀ ਹੈ। ਔਰ ਜੇ ਅਸੀਂ ਧਰਮ ਦੇ ਨੁਕਤਾ ਨਿਗਾਹ ਤੋਂ, ਬੇਸ਼ੱਕ ਸੋਸ਼ਲ ਡਿਸਕ੍ਰਿਮੀਨੇਸ਼ਨ ਮੈਂਟਲੀ ਕਿਸ ਲੈਵਲ 'ਤੇ ਅੱਜ ਵੀ ਹੈ, ਇਹ ਨਹੀਂ ਹੈ ਕਿ ਬਈ ਇਹਨਾਂ, ਲੇਕਿਨ ਮੇਰਾ ਤਾਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜਿਹੜਾ ਦਲਿਤਾਂ ਨੂੰ ਸਿੱਖੀ ਤੋਂ ਸੈਪਰੇਟ ਕਰਕੇ ਦੇਖਣਾ ਚਾਹੁੰਦਾ ਉਹ ਸਿੱਖੀ ਦੀਆਂ ਜੜ੍ਹਾਂ ਦੇ ਉੱਤੇ ਜਿਹੜਾ ਉਹ ਕੁਹਾੜਾ ਮਾਰ ਰਿਹਾ, ਕਿਉਂਕਿ ਮੇਰਾ ਤਾਂ ਹਮੇਸ਼ਾ ਕਹਿਣਾ ਹੁੰਦਾ ਸਿੱਖਸ ਆਫ ਦਾ ਦਲਿਤ, ਬਾਈ ਦਾ ਦਲਿਤ, ਫੋਰ ਦਾ ਦਲਿਤ, ਕਿ ਸਾਡੀ ਇੰਪਾਵਰਮੈਂਟ ਹੀ ਉੱਥੋਂ ਨਿਕਲਦੀ ਹੈ ਹੀ ਜਿਨ ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਔਰ ਇਹ ਲਫਜ਼ ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ ਚਰਨਜੀਤ ਚੰਨੀ ਨੇ ਜਦੋਂ ਸਹੁੰ ਚੁੱਕ ਕੇ ਚੀਫ ਮਿਨਿਸਟਰ ਬਣਿਆ ਅਸੈਂਬਲੀ ਦੇ ਵਿੱਚ ਕਹੇ ਸੀ। ਸੋ ਘੱਟੋ ਘੱਟ ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਈ ਸਿੱਖੀ ਦੀਆਂ ਜੜ੍ਹਾਂ 'ਚ, ਔਰ ਇਹੀ ਕਾਰਨ ਸੀ ਕਿ ਜਦੋਂ ਮੋਦੀ ਨੇ ਡਰਾਮਾ ਕੀਤਾ ਕਿ ਜੀ ਮੈਂ ਸੰਦੇਸ਼ ਦੇ ਦੇਣਾ ਚੰਨੀ ਕੋ ਮੈਂ ਠੀਕ ਠਾਕ ਵਾਪਸ ਆ ਗਿਆ ਹੂੰ,
ਉਹਨੇ ਕਿਹਾ ਸੀ ਵੀ ਤੈਨੂੰ ਕਿਹੜਾ ਮੱਛਰ ਲੜਿਆ ਸੀ ਬਈ, ਵੀ ਅਸੀਂ ਤਾਂ ਜੇ ਤੈਨੂੰ ਕੁਛ ਹੁੰਦਾ ਅਸੀਂ ਗੋਲੀ ਖਾਣ ਵਾਲੇ ਲੋਕ ਹਾਂ, ਐਵੇਂ ਡਰਾਮੇਬਾਜ਼ੀ ਨਾ ਕਰ। ਸੋ ਮਤਲਬ ਇਹ ਹੈ ਕਿ ਵੀ ਇਹਦੇ ਬਾਵਜੂਦ, ਹਾਲਾਂ ਉਹਦੇ 'ਤੇ ਕਰਪਸ਼ਨ ਚਾਰਜਿਸ ਜਾਂ ਫੈਮਿਲੀ ਕਰਪਸ਼ਨ, ਉਹ ਇੱਕ ਵੱਖਰੀ ਕਹਾਣੀ ਹੈ, ਉਹ ਪਤਾ ਨਹੀਂ ਉਸ ਕਲਚਰ ਦੇ ਵਿੱਚ ਹੀ ਹੈ, ਲੇਕਿਨ ਇਸ ਸਭ ਦੇ ਬਾਵਜੂਦ ਚਾਹੀਦਾ ਤਾਂ ਇਹ ਸੀ ਕਿ ਭਾਈ ਜੋ ਇਹ ਦਲਿਤ ਕਾਰਡ ਖੇਡਣਾ ਚਾਹੁੰਦੇ ਸੀ, ਇਹੀ ਲੋਕ ਅੱਜ ਤੋਂ 10-15 ਸਾਲ ਪਹਿਲਾਂ ਕਹਿੰਦੇ ਸੀ ਜੀ ਕੁਛ ਹੋ ਜਾਏ ਪੰਜਾਬ 'ਚ ਕਦੇ ਦਲਿਤ ਚੀਫ ਮਿਨਿਸਟਰ ਬਣ ਹੀ ਨਹੀਂ ਸਕਦਾ, ਬਣਿਆ ਵੀ, ਔਰ ਹੁਣ ਉਹ ਜਲੰਧਰ ਤੋਂ ਜਿਹੜਾ ਉਹ ਐਮ ਪੀ ਵੀ ਬਣਿਆ, ਉਸ ਤੋਂ ਪਹਿਲਾਂ ਵੀ ਜਿਹੜੇ ਨੇ ਬਣਦੇ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਇਹਨਾਂ ਨੇ ਜਿਹੜਾ ਬੀਜੇਪੀ ਦੀ ਗੰਦੀ ਖੇਡ ਹੈ, ਜਿਹਨੂੰ ਮੈਂ ਡਰਟੀ ਗੇਮ ਕਹਿੰਦਾ, ਪੋਲਰਾਈਜੇਸ਼ਨ, ਇਹਨਾਂ ਨੇ ਦੇਖਿਆ ਕਿ ਵੀ ਜੇ ਕਿਸਾਨ ਮੂਵਮੈਂਟ ਚੱਲੀ ਉਹਦੇ 'ਚ ਵੀ ਭਾਵੇਂ ਲੀਡ ਜ਼ਿਮੀਦਾਰਾਂ ਨੇ ਕੀਤਾ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਖੁਸ ਰਹੀਆਂ ਸੀ, ਪਰ ਕਿਸਾਨ ਦੇ ਨਾਲ ਮਜ਼ਦੂਰ ਖਲੋਤਾ ਜਿਹਨਾਂ 'ਚ ਪੱਲੇਦਾਰ ਔਰ ਦੂਸਰੇ ਜਿਹੜੇ ਨੇ ਦਲਿਤ ਵਰਗ ਦੇ, ਉਹ ਡਿਵੀਜ਼ਨ ਨਹੀਂ ਹੋਈ। ਈਵਨ ਸ਼ਹਿਰੀ ਹਿੰਦੂ ਲਾਲਾ ਵੀ ਆੜਤੀ ਆ ਜਾਂ ਦੂਜਾ, ਉਹਨੇ ਭਾਵੇਂ ਖੁੱਲ੍ਹ ਕੇ ਨਾਲ ਆਇਆ, ਵਿਰੋਧ ਨਹੀਂ ਕੀਤਾ, ਰਾਦਰ ਕੁਛ ਨੇ ਖੁੱਲ੍ਹ ਕੇ ਹਮਾਇਤ ਵੀ ਕੀਤੀ ਇੱਕ ਦੋ। ਹੁਣ ਉਹ ਇਹਨਾਂ ਦੀ ਦਾ ਦਾਲ ਫੁਲਕਾ ਜਾਂ ਇਹਨਾਂ ਦਾ ਸੌਦਾ ਵਿਕਦਾ ਜੇ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਹੋਏ। ਇਸ ਵਾਰ ਦੀਆਂ ਚੋਣਾਂ 'ਚ ਜੇ ਤੁਸੀਂ ਧਿਆਨ ਨਾਲ ਦੇਖੋ, ਹੰਸ ਰਾਜ ਹੰਸ ਜਿਹੜਾ ਕਦੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਵੀ ਗਾ ਰਿਹਾ ਹੈ, ਕਦੇ ਦੂਜਾ ਵੀ ਅਕਾਲੀਆਂ ਦੀ ਸੀਟ ਦੇ ਉੱਤੇ ਜਲੰਧਰ ਦੀ ਚੋਣ ਵੀ ਲੜਿਆ ਹੋਇਆ ਪਾਰਲੀਮੈਂਟ ਦੀ ਲੂਜ਼ਰ, ਉਹਨੂੰ ਇਹਨਾਂ ਨੇ ਯੂਜ਼ ਕੀਤਾ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਦਾ ਕਾਰਡ ਖੇਡਣ ਦੇ ਲਈ ਕਿਸਾਨਾਂ, ਕਿਉਂਕਿ ਕਿਸਾਨਾਂ ਨੇ ਤਾਂ ਫੈਸਲਾ ਕੀਤਾ ਸੀ ਵੀ ਅਸੀਂ ਜਿਹੜਾ ਵੀ ਬੀਜੇਪੀ ਦਾ ਆਗੂ ਪਿੰਡਾਂ 'ਚ ਆਏਗਾ ਉਹਨੂੰ ਅਸੀਂ ਸਵਾਲ ਪੁੱਛਾਂਗੇ। ਹੁਣ ਤਰਨਜੀਤ ਸੰਧੂ ਜਿਹੜਾ ਇੱਥੇ ਬੈਠਾ ਸੀ, ਇਹਨਾਂ ਦਾ ਜਿਹਦੇ ਥੱਲੇ ਟਰਾਂਸਨੈਸ਼ਨਲ ਡਿਪਰੈਸ਼ਨ ਵਾਲਾ ਕੰਮ ਹੋਇਆ, ਤੀਜੇ ਨੰਬਰ 'ਤੇ ਅੰਮ੍ਰਿਤਸਰ 'ਚ ਆ, ਇਹਨੂੰ ਵੀ ਕਿਸਾਨਾਂ ਨੇ ਵੜਨ ਨਹੀਂ ਦਿੱਤਾ, ਹਾਲਾਂ ਸਮੁੰਦਰੀ ਦਾ ਪੋਤਾ ਹੋਏ ਆਪਣੇ ਨਾਂ ਨਾਲ ਵੀ ਸੰਧੂ ਸਮੁੰਦਰੀ ਲਾ ਲਿਆ, ਬੜੇ 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 ਬਿਆਨ ਦਿੱਤੇ, ਨਹੀਂ ਵੜਨ ਦਿੱਤਾ। ਲੇਕਿਨ ਹੰਸ ਰਾਜ ਹੰਸ ਤੋਂ ਇਹ ਬਿਆਨਬਾਜ਼ੀਆਂ ਕਰਾਉਣਾ, ਜੀ ਮੈਂ ਤਾਂ ਗਰੀਬ ਇੱਕ ਦਲਿਤ ਆ ਔਰ ਦੂਜੇ ਆ, ਇਹ ਧੱਕਾ ਕਰ ਰਹੇ ਨੇ, ਕੋਈ ਨਹੀਂ ਵਕਤ ਆਏਗਾ ਇਹਨਾਂ ਕਿਸਾਨਾਂ ਲਾਈਨ 'ਚ ਲੱਗੇ ਹੋਣਗੇ, ਤੁਹਾਡੇ ਕੋਲ ਜ਼ਮੀਨਾਂ ਹੋਣਗੀਆਂ। ਸੋ ਇਹ ਉਦੋਂ ਹੀ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਿਹੜੀ ਇਸ ਵੇਲੇ ਇਮੀਡੀਏਟ ਸੀਟਾਂ ਜਿੱਤਣ ਦੇ ਲਈ ਇਹ ਬੀਜੇਪੀ ਨਹੀਂ, ਉਹ ਤਾਂ ਬਾਦਲਾਂ ਨਾਲ ਵੀ ਸਮਝੌਤਾ ਕਰ ਸਕਦੇ ਸੀ, ਉਹ ਤਾਂ ਅੱਜ ਵੀ ਡੀਕਦੇ ਨੇ ਵੀ ਆਵਾਜ਼ ਮਾਰੇ ਹਰਸਿਮਰਤ ਕੌਰ ਜਾ ਕੇ ਕਿ ਮੋਦੀ ਜੀ ਪੈਰੀ ਪੈਣਾ। ਲੇਕਿਨ ਉਹਨਾਂ ਨੇ ਡੈਲੀਬਰੇਟਲੀ ਲੌਂਗ ਟਰਮ ਉਹਨਾਂ ਨੇ ਦੇਖਿਆ ਕਿ ਭਾਈ ਇਹ ਜਿਹੜੀ ਪਾਪੂਲੇਸ਼ਨ ਗ੍ਰਾਫ ਹੈ, 14-15% ਸੋਲਿਡ ਸਵਰਨ ਹਿੰਦੂ ਵੋਟ ਹੈ, 34% 'ਚੋਂ ਜੇ ਅੱਧੀ ਨੂੰ ਉਹ ਤੋੜ ਲੈਣ, ਜਿਹੜੀ ਕੁਛ ਹੱਦ ਤੱਕ ਉਹਨਾਂ ਨੇ ਤੋੜੀ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਵੋਟ ਲਈ ਹੈ, ਅਤੇ ਪੰਜਾਬ ਦੇ ਵਿੱਚ ਤਾਂ ਉਹੀ ਜੋ ਹਰਿਆਣੇ ਦੇ ਵਿੱਚ ਇਹਨਾਂ ਨੇ ਐਕਸਪੈਰੀਮੈਂਟ ਕੀਤਾ ਕਿ 30% ਜਾਟ ਪਾਪੂਲੇਸ਼ਨ ਹੈ ਹਰਿਆਣੇ, ਜਾਟ ਸਾਰੇ ਜਿਹੜੇ ਡਿਸਪੋਜ਼ੈਸ ਕਰਤੇ ਉਹਨਾਂ ਨੇ, ਬਾਕੀਆਂ ਨੂੰ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ ਉਹਦੇ ਥੱਲੇ ਕੰਮ ਕੀਤਾ। ਹੁਣ ਜਦੋਂ ਮੋਦੀ ਆਦਮਪੁਰ ਵਾਲੇ 'ਤੇ ਆਇਆ ਦੁਆਬੇ ਦੇ ਰੈਲੀ ਵੇਲੇ, ਤਾਂ ਉਹਨੇ ਉਹ ਕਹਿੰਦਾ ਜੀ ਮੇਰੀ ਇਹ ਕਾਮਨਾ ਹੈ, ਮੇਰੀ ਇਹ ਮੇਰੇ ਚਿੰਤਨ 'ਚ ਹੈ, ਮੇਰੀ ਇੱਛਾ ਹੈ ਕਿ ਆਦਮਪੁਰ ਹਵਾਈ ਅੱਡਾ ਜਿਹੜਾ ਇਹਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਤੇ ਹੋਏ। ਹੁਣ ਕਿਹਨੇ ਕਦੇ ਅਪੋਜ਼ ਕੀਤਾ ਕਿ ਭਾਈ ਤੁਸੀਂ ਕਿਸ, ਲੇਕਿਨ ਜਦੋਂ ਤੁਸੀਂ ਇੱਕ ਖਾਸ ਮੌਕੇ 'ਤੇ ਖਾਸ ਢੰਗ ਦੇ ਨਾਲ ਇਸ ਸਾਰੇ ਨੂੰ ਪ੍ਰੈਜੈਂਟ ਕਰਦੇ ਹੋ, ਤਾਂ ਮਤਲਬ ਹੈ ਕਿ ਤੁਹਾਡੇ ਮਨ ਦੇ ਵਿੱਚ ਜਿਹੜਾ ਇਹ ਖੋਟ ਹੈ। ਹੁਣ ਇਹੀ ਮਨੂ ਸਮ੍ਰਿਤੀ ਨੂੰ ਮੰਨਣ ਵਾਲੇ ਨੇ, ਇਹੀ ਮਨੂ ਸਮ੍ਰਿਤੀ ਨੂੰ ਸੰਵਿਧਾਨ ਬਣਾਉਣਾ ਚਾਹੁੰਦੇ ਨੇ, ਇਹੀ ਜਿਹੜਾ ਜਾਤ ਪਾਤ ਨੂੰ ਜਸਟੀਫਾਈ ਕਰਦੇ ਨੇ, ਅਤੇ ਇਹ ਕਿਵੇਂ ਸਤਿਗੁਰੂ ਰਵਿਦਾਸ ਜੀ ਦੇ ਨਾਂ ਨੂੰ ਇਸਤੇਮਾਲ ਕਰਕੇ, ਮਕਸਦ ਤਾਂ ਦਲਿਤ ਵੋਟ ਲੈਣਾ ਸੀ, ਉਹ
ਉਹਨਾਂ ਨੇ ਕਰ ਲਈ 19। ਹੁਣ ਅੱਜ ਇਹਨੇ ਸੁਨੀਲ ਜਾਖੜ ਨੇ ਲੈਟਰ ਲਿਖਿਆ ਪ੍ਰਾਈਮ ਮਿਨਿਸਟਰ ਨੂੰ, ਉਹਨੇ ਕਿਹਾ ਜੀ ਮੇਰੀਆਂ ਦੋ ਇੱਛਾਵਾਂ ਨੇ, ਕਹਿੰਦੇ ਤੁਸੀਂ ਵੀ ਇਹ ਐਕਸਪ੍ਰੈਸ ਕੀਤਾ ਸੀ ਜਦੋਂ ਤੁਸੀਂ ਆਏ ਸੀ ਕਿ ਵੀ ਇਹ ਜਿਹੜੀ ਹੈ ਉਹਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ 'ਤੇ ਹੋਏ, ਇਹਨੂੰ ਪਲੀਜ਼ ਇਵੇਂ ਕਰ ਦਿਓ, ਇਹਦਾ ਨਾਂ ਆਦਮਪੁਰ ਏਅਰਪੋਰਟ 'ਤੇ ਰੱਖ ਦਿਓ। ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਇਹ ਧਿਆਨ ਦਿਵਾਉਣਾ ਚਾਹੁੰਦਾ। ਦੂਸਰਾ ਉਹ ਕਹਿੰਦਾ ਕਿ ਜੀ ਜਿਹੜਾ ਤੁਸੀਂ ਗੁਰੂ ਰਵਿਦਾਸ ਟੈਂਪਲ ਤੁਗਲਕਾਬਾਦ ਦਿੱਲੀ ਦੇ ਵਿੱਚ ਰੀਬਿਲਟ ਕਰ ਰਹੇ ਹੋ, ਇਹਦੇ 'ਚ ਬਹੁਤ ਵਰਥਵਾਇਲ ਹੋਏਗਾ ਕਿ ਉੱਥੇ ਤੁਸੀਂ ਉਹਦੇ ਨੇੜੇ ਇੱਕ ਬਹੁਤ ਵਧੀਆ ਬਾਗ ਵੀ ਲਾ ਦਿਓ। ਹੁਣ ਦਿੱਲੀ ਦੇ ਤੁਗਲਕਾਬਾਦ ਦੇ ਔਰ ਢਾਇਆ ਵੀ ਇਹਨਾਂ ਨਹੀਂ ਸੀ, ਬੀਜੇਪੀ ਗੌਰਮੈਂਟ ਨੇ, ਉਹ ਤਾਂ ਦਲਿਤ ਆਰਗਨਾਈਜੇਸ਼ਨਾਂ ਰਲ ਕੇ ਆ ਗਈਆਂ ਅਤੇ ਇਹਨਾਂ ਨੂੰ ਭੱਜਣਾ ਪਿਆ। ਹੁਣ ਇੱਕ ਪਾਸੇ ਇਹ ਖੇਡ ਖੇਡੀ ਜਾ ਰਹੀ ਹੈ। ਇਹੀ ਸੁਨੀਲ ਜਾਖੜ ਦੋ ਦਿਨ ਪਹਿਲਾਂ ਜਦੋਂ ਪਿਛਲੇ ਹਫ਼ਤੇ ਉਹਦਾ ਇਸ਼ੂ ਕੰਗਣਾ ਰਣੌਤ ਵਾਲਾ ਆਉਂਦਾ ਅਤੇ ਖੁੱਲ੍ਹ ਕੇ ਉਹਦੇ ਨਾਲ ਖਲੋਂਦਾ, ਉਹਨੂੰ ਕਹਿੰਦਾ ਜੀ ਨਹੀਂ ਨਹੀਂ ਇਹ ਬਿਲਕੁਲ ਇਹ ਕਾਨੂੰਨ ਨੂੰ ਹੱਥ 'ਚ ਲੈਣਾ ਠੀਕ ਨਹੀਂ ਹੈ, ਫਲਾਣਾ ਨਹੀਂ ਹੈ, ਢਿਮਕਾ ਨਹੀਂ ਹੈ। ਹੁਣ ਉਹਨਾਂ ਨੂੰ ਦਲਿਤਾਂ ਦਾ ਦਰਦ ਆਇਆ, ਸੋ ਅਸੀਂ ਇਹ ਨਹੀਂ ਹੈ, ਅਸੀਂ ਵੀ ਐਂਡੋਰਸ ਕਰਾਂਗੇ ਕਿ ਭਾਈ ਤੁਸੀਂ ਜਿਹਦਾ ਮਰਜ਼ੀ ਨਾਂ, ਜਦੋਂ ਨਾਂ ਰੱਖਣ ਨਾਲ ਕੀ ਹੁੰਦਾ, ਜਦੋਂ ਤੁਹਾਡੀ ਸੋਚ ਦੇ ਵਿੱਚ ਜਾਤ ਪਾਤ ਵੜੀ ਹੋਈ ਹੈ, ਸੋ ਅਸੀਂ ਇਸ ਗੱਲ ਤੋਂ ਆਗਾਹ ਵੀ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਦੁਆਬੇ 'ਚ ਖਾਸ ਤੌਰ 'ਤੇ ਦਲਿਤ ਬਹੁਤ ਐਜੂਕੇਟਡ ਵੀ ਨੇ, ਬਾਹਰ ਵੀ ਵੱਡਾ ਇੱਕ ਤਬਕਾ, ਉਹ ਬ੍ਰਾਹਮਣਵਾਦ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਇਸ ਦੁਆਬੇ ਦੇ ਦਲਿਤ ਵਰਗ ਦੇ ਸਿਰ 'ਤੇ ਹੀ ਕਾਂਸ਼ੀ ਰਾਮ ਨੇ ਜਦੋਂ ਬਹੁਜਨ ਸਮਾਜ ਪਾਰਟੀ ਔਰ ਉਸ ਤੋਂ ਪਹਿਲਾਂ DS4 ਪਾਰਟੀ ਸੀ, ਅਤੇ ਕਾਂਸ਼ੀ ਰਾਮ ਦਾ ਤਾਂ ਇੱਕੋ ਹੀ ਵਨ ਲਾਈਨਰ ਡਾਇਗਨੋਸਿਸ ਸੀ ਬਿਮਾਰੀ ਦਾ ਕਿ ਬ੍ਰਾਹਮਣਵਾਦ ਹੀ ਸਭ ਪੁਆੜੇ ਦੀ ਜੜ੍ਹ, ਅਤੇ ਜੇ ਬ੍ਰਾਹਮਣਵਾਦ ਪੁਆੜੇ ਦੀ ਜੜ੍ਹ ਹੈ ਤਾਂ ਫਿਰ ਇਹ ਜਿਹੜਾ ਮਨੂ ਸਮ੍ਰਿਤੀ ਵਾਲੇ ਕਿਹੜਾ ਇਨਸਾਫ ਦੇਣਗੇ। ਸੋ ਅਸੀਂ ਖਬਰਦਾਰ ਹੀ ਕਰਨਾ ਚਾਹੁੰਦੇ ਹਾਂ ਕਿ ਭਾਈ ਇਹ ਜਿਹੜੀ ਹੈ ਬੜੀ ਖਤਰਨਾਕ ਲਾਈਨ ਧਰੁਵੀਕਰਨ ਦੀ ਪੰਜਾਬ ਦੇ ਅੰਦਰ ਖੜੀ ਕਰ ਰਹੇ ਨੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।